एक चीज और, आजकल एक ट्रेंड और है कि व्यूज के मिलियंस में बात होती है। एक ना अंग्रेज दी इंटरव्यू है, तुसी फेसबुक सर्च करोगे थानू मिलूगी, ये नहीं तो मैं थानू लिंक भेज दूंगा। जी जी, उन्हें दस्या सी फेक व्यूज बारे। हाँ, ਤੇ ਉਹਨੇ ਸਪੈਸ਼ਲੀ ਇਹ ਮੈਂਸ਼ਨ ਕਰਿਆ ਜਿਹੜੇ ਪੰਜਾਬ ਵਾਲੇ ਗਾਉਣ ਵਾਲੇ ਸਭ ਤੋਂ ਵੱਧ ਮੰਗਦੇ ਆ ਕਲਿੱਕ। 100 ਮਿਲੀਅਨ ਵਿਊਜ਼ ਆਤੇ ਹੈ ਗਾਣੇ ਪੇ, ਮੈਂ ਚੈੱਕ ਕਰ ਰਿਹਾ ਤਾਂ ਕੁਝ ਗਾਣੇ 150 ਮਿਲੀਅਨ ਵਿਊਜ਼। ਸਰ ਜੁੱਤੀ ਲਾ ਲਿਆ ਕਰੋ, ਗਾਉਣ ਵਾਲੇ ਨਾ ਇੰਟਰਵਿਊ ਕਰਕੇ ਨਾਲ ਹੀ ਪਿੱਛੇ ਲੈ ਗਏ, ਤਿੰਨ ਚਾਰ ਛੱਡੀਆਂ ਸਿਰ 'ਚ ਉਹਦੇ, ਸਹੀ ਦੱਸ ਦੂਗਾ ਤੁਹਾਨੂੰ ਰੇਟ। ਕਈ ਗਾਣੇ ਤੋਂ ਭਾਅ ਜੀ ਐਸੇ ਐਸੇ 30 ਮਿਲੀਅਨ ਵਿਊਜ਼ ਮੈਨੇ ਦੇਖੇ ਔਰ ਹਮਨੇ ਗਾਣੇ ਨਹੀਂ ਸੁਣਾ ਸਰ, ਇਤਨੇ ਵਿਊਜ਼ ਆ ਗਏ। ਇਹ ਤਰੀਕਾ ਹੀ ਨਹੀਂ ਤੁਹਾਡਾ ਮਹਾਨ। ਦੇਖੋ ਮਸ਼ਹੂਰ ਅਤੇ ਮਹਾਨ 'ਚ ਬੜਾ ਫਰਕ ਹੈ, ਫਿਲੋਸਫੀਕਲ ਥੋਟ ਤੁਹਾਨੂੰ ਦੱਸ ਦਿੰਦਾ। ਮਸ਼ਹੂਰ ਕੋਈ ਵੀ ਹੋ ਸਕਦਾ, ਮਹਾਨ ਕੋਈ ਕੋਈ ਬਣਦਾ। ਨੈਪੋਲੀਅਨ ਸੀ ਨਾ ਜਿਹੜਾ, ਉਹਨੇ ਜ਼ਿਆਦਾ ਯੁੱਧ ਲੜੇ ਸੀ ਸਿਕੰਦਰ ਨਾਲੋਂ, ਪਰ ਸਿਕੰਦਰ ਕਿਉਂ ਮਹਾਨ ਹੈ? ਹੱਥੀ ਯੁੱਧ ਉਹਨੇ ਜ਼ਿਆਦਾ ਲੜੇ ਸੀ ਕਿਉਂਕਿ ਸਿਕੰਦਰ ਨੇ ਖਾਬ ਸਿਰਜਿਆ ਸੀ ਕਿ ਮੈਂ ਦੁਨੀਆ ਜਿੱਤਣੀ ਹੈ, ਜਿੱਤੀ ਜਾਂ ਨਹੀਂ ਹੈ, ਇੰਡੀਆ 'ਚੋਂ ਹਾਰ ਕੇ ਗਿਆ, ਵਟ ਐਵਰ। ਤੂੰ ਇਸ ਕਰਕੇ ਮਹਾਨ ਬਣਨਾ ਔਖਾ ਹੈ। ਮਸ਼ਹੂਰ ਤਾਂ ਕੋਈ ਮਸਲਾ ਹੀ ਨਹੀਂ ਇਹਦੇ ਬਾਰੇ, ਮਸ਼ਹੂਰ ਤਾਂ ਦਾਦਾ ਕੌਂਡ ਕੇ ਵੀ ਬੜਾ ਹੋਇਆ ਸੀ, ਫਿਰ ਹੁਣ ਕਿੱਥੇ ਹੈ? ਦੇਖੋ ਰਾਜੇਸ਼ ਖੰਨਾ ਸੁਪਰ ਸਟਾਰ ਹੈ, ਨਸੀਰੂ ਦਸ਼ਾ ਐਕਟਰ ਹੈ, ਤੇ ਫਿਰ ਦੋਨਾਂ ਨੂੰ ਕੰਮ ਕਰਾ ਕੇ ਵੇਖ ਲੈਣਾ ਸੀ ਤੁਸੀਂ, ਲੱਗਦਾ ਨਾ ਫਰਕ ਪਤਾ। ਰਾਜੇਸ਼ ਖੰਨਾ ਸਾਹਿਬ ਕੇ ਲਈ ਤਾਂ ਕਹਿੰਦੇ ਕਿ ਜੀ ਲੜਕੀਆਂ ਬੇਹੋਸ਼ ਹੋ ਜਾਤੀ ਨੇ ਦੇਖ ਲਓ, ਪਰ ਨਸੀਰ ਸਾਹਿਬ ਨਾਲ ਕੋਈ ਫਿਲਮ ਨਹੀਂ ਸੀ ਕਰਦਾ, ਡਰਦਾ ਉਹ ਕਲਾਕਾਰ ਹੈ। ਬੱਚਨ ਸਾਹਿਬ ਨੂੰ ਵਕਤ ਪੈ ਜਾਂਦਾ ਉਹਦੇ ਨਾਲ ਕੰਮ ਕਰਕੇ, ਤੇ ਫਿਰ ਮਹਾਨ ਹੋਇਆ ਨਾ ਫਿਰ ਨਸੀਰ ਸਾਹਿਬ। ਮਸ਼ਹੂਰ ਉਹ ਹੈ ਪਰ ਮਹਾਨ ਤਾਂ ਉਹ ਹੈ ਨਾ, ਮੈਨੂੰ ਲੱਗਦਾ ਮਹਾਨ ਬਣਨ ਦੀ ਕੋਸ਼ਿਸ਼ ਕਰੋ, ਮਸ਼ਹੂਰ ਹੋਣ ਦੀ ਕੋਸ਼ਿਸ਼ ਨਾ ਕਰੋ। ਮੇਰੇ ਕੋ ਲੱਗਦਾ ਹੈ ਜੋ ਬੰਡਿੰਗ ਸਿੰਗਰਸ ਉਹਨਾਂ ਕੇ ਲਈ ਬਹੁਤ ਵੱਡਾ ਮੈਸੇਜ ਹੈ। ਹਾਂ, ਲੇਕਿਨ ਕਦੇ ਕਦੇ ਆਪਕੋ ਵੀ ਲੱਗਤਾ ਕਿ ਯਾਰ ਕੁਝ ਜ਼ਿਆਦਾ ਹੀ ਹੋ ਰਿਹਾ ਹੈ, 100 ਮਿਲੀਅਨ ਵਿਊਜ਼, 150 ਮਿਲੀਅਨ ਵਿਊਜ਼। ਮੈਂ ਤੁਹਾਨੂੰ ਆਖਿਆ ਵੀ ਤੁਸੀਂ ਆਪ ਦੀ ਇੰਟਰਵਿਊ ਕਰਿਆ ਕਰੋ ਅਗਲੇ ਨਾ, ਵਿੱਚ ਦੋ ਕੁ ਰੱਖੇ ਬਾਉਂਸਰ ਦੇ, ਤਿੰਨ ਚਾਰ ਛੱਡੇ ਜਾਂਦੇ ਦੇ, ਇਹ ਬਹੁਤ ਤਾਂ ਗੀਤਾਂ 'ਚ ਬੰਦੂਖਾਂ 'ਚ ਲਾਉਂਦੇ ਆ, ਵੈ ਤਾਂ ਬਹੁਤ ਡਰਾਕਣਾ, ਇਹਦੇ ਪਿੱਛੇ ਲੈ ਗਏ, ਆਪਦਾ ਸਹੀ ਤੁਹਾਨੂੰ ਦੱਸ ਦਿਆ ਕਰੂਗਾ ਵੀ ਭਾਅ ਜੀ ਮੇਰੀਆਂ ਤਾਂ 2 ਲੱਖ ਸੀ, ਮੈਂ 200 ਮਿਲੀਅਨ ਕਰਵਾ ਲਈਆਂ ਸੀ ਪੈਸੇ ਦੇ। ਅੱਛਾ, ਅਗਰ ਸਿੰਗਰ ਨਹੀਂ ਹੋ, ਮੰਨ ਲੈਤੇ ਕੰਡੀਸ਼ਨ, ਮੈਂ ਸਿੰਗਰ ਹੀ ਹੋਣਾ ਸੀ ਯਾਰ। ਬੱਬੂ ਮਾਨ ਅਗਰ ਮੰਨ ਲੈਤੇ, ਬੱਬੂ ਮਾਨ ਕੋਲ ਇੱਕ ਆਪਸ਼ਨ ਦਿੱਤੀ ਕਿ ਬੱਬੂ ਮਾਨ ਸਿੰਗਰ ਨਹੀਂ ਹੋ, ਕਾਹਤੇ ਨਾ ਹੁੰਦਾ ਪਹਿਲਾਂ, ਕਿਆ ਹੋਤੇ ਬੱਬੂ ਮਾਨ ਨਹੀਂ, ਕਿਉਂ ਨਾ ਹੁੰਦਾ ਪਹਿਲਾਂ ਦੱਸੋ, ਵਾਏ ਮੇਰਾ ਟਾਰਗੇਟ ਇਹ ਸੀ। ਅੱਛਾ, ਇੰਡਸਟਰੀ ਮੇ ਆਜ ਇਤਨਾ ਨਾਮ ਹੈ ਆਪਕਾ, ਇਤਨਾ ਕ੍ਰੈਡਿਟ ਹੈ, ਲੋਕ ਲੈਜੈਂਡ ਮਾਨਤੇ ਆਪ ਆਪਨੇ ਆਪ ਕੋ, ਕੁਛ ਨਹੀਂ ਮਾਨਤੇ ਮੇਰੇ ਕੋ ਪਤਾ, ਇੰਟਰਵਿਊਜ਼ ਮੇ ਬਹੁਤ ਸੁਣੀ ਹੋਣੀ। ਮੈਂ ਅੱਜ ਤੋਂ ਸ਼ੁਰੂ ਕਰਦਾ ਹੁੰਦਾ ਸਵੇਰੇ, ਤੁਸੀਂ ਜਦੋਂ ਦੇਖੋ ਇਨਸਾਨ ਨਾਲ ਜ਼ਿੰਦਗੀ ਕੀ ਹੈ, ਸਵੇਰੇ ਜਦੋਂ ਉੱਠਦੇ ਜ਼ਿੰਦਗੀ ਸ਼ੁਰੂ ਹੁੰਦੀ ਹੈ, ਜਦੋਂ ਤੁਸੀਂ ਸੁੱਤੇ ਪਏ ਹੁੰਦੇ ਨਾ ਉਹ ਤੁਸੀਂ ਮਰਿਆ ਬਰਾਬਰ ਹੀ ਹੁੰਦੇ, ਆਦਮੀ ਰੋਜ਼ ਜੰਮਦਾ ਅਤੇ ਰੋਜ਼ ਮਰਦਾ। ਸੋ ਜੇ ਇਹ ਸੋਚ ਕੇ ਚੱਲੋਗੇ ਮੈਂ ਆਹ ਕੀਤਾ ਸੀ, ਉਹ ਤਾਂ ਗੱਲ ਹੈ। ਜਿਹੜਾ ਕ੍ਰੀਏਟਿਵ ਆਦਮੀ ਉਹ ਕਦੇ ਪਾਸਟ 'ਚ ਨਹੀਂ ਜਿਉਂਦਾ, ਉਹਨੂੰ ਫਿਊਚਰ ਦੇਖਣਾ, ਹੋਰ ਮੈਂ ਕੀ ਕਰ ਸਕਦਾ, ਹੋਰ ਕੀ ਕਰ ਸਕਦਾ। ਅੱਛਾ, ਇਸ ਪਰ ਮੇਰਾ ਇੱਕ ਛੋਟਾ ਸਾ ਸਵਾਲ ਹੈ ਆਪਸੇ, ਅਬ ਇਤਨੀ ਲੰਬੀ ਮਿਊਜ਼ਿਕ ਲਾਈਫ ਆਪਣੇ ਦੇਖ ਲਈ, ਪੂਰੇ ਮਿਊਜ਼ਿਕ ਇੰਡਸਟਰੀ ਕੇ ਚੇਂਜਸ ਕੋ ਵੀ ਆਪਣੇ ਦੇਖਾ, ਔਰ ਇੱਕ ਕੱਟਰ ਫੈਨ ਫੋਲੋਇੰਗ ਹੈ ਬੱਬੂ ਮਾਨ ਕੇ ਲਈ, ਹਮੇਸ਼ਾ ਕਹਾ ਜਾਤਾ ਕਿ ਕੱਟਰ ਫੈਨ ਫੋਲੋਇੰਗ ਹੈ ਬਈ ਇਨਕੀ, ਤੋ ਆਪਕੀ ਵੀ ਜ਼ਿੰਮੇਵਾਰੀ ਆਪ ਐਸੇ ਲੈ ਕੇ ਚੱਲਦੇ ਕਿ ਬੜ ਜਾਤੀ ਬਹੁਤ ਕਿ ਬਈ ਮੈਂ ਕੁਛ ਵੀ ਕਹੂੰਗਾ ਤਾਂ ਫਰਕ ਪੜਨਾ ਹੈ, ਮੈਨੇ ਕੁਛ ਵੀ ਕਰਨਾ ਤਾਂ ਫਰਕ ਪੜਨਾ ਹੈ। ਚੰਗੇ ਕਰਦਾ, ਚੰਗੇ ਕਰਨਾ ਚਾਹੀਦਾ। ਦੇਖੋ ਜਦੋਂ ਤੁਸੀਂ ਫੁੱਲ, ਤੁਸੀਂ ਕਿਹੜਾ ਫੁੱਲ ਲਾਇਆ, ਜੇ ਤੁਸੀਂ ਮੈਨੂੰ ਚੁਣਿਆ ਨਾ ਤਾਂ ਫਿਰ ਮੈਂ ਮਹਿਕ ਹੀ ਦਊਂਗਾ, ਤੋ ਜ਼ਿੰਮੇਵਾਰੀ ਸੇ ਕਦੇ ਕਦੇ ਮਜਬੂਰੀ ਫੀਲ ਹੋਤੀ ਕਿ ਬਈ ਆਪ ਨਹੀਂ ਕਰ ਸਕਦਾ ਮੈਂ, ਨਹੀਂ ਤੁਹਾਡੇ ਅੰਦਰੋਂ ਸ਼ਬਦ ਹੀ ਉਦਾਂ ਦੇ ਨਿਕਲਦੇ ਆ।